ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਐਕਸਪ੍ਰੈਸ, ਮੈਂ ਕਰਨਵੀਰ ਸਿੰਘ ਬੈਨੀਵਾਲ। ਦੋਸਤੋ, ਇਸ ਮਹੀਨੇ ਦੇ ਵਿੱਚ ਜਿਹੜੀਆਂ ਦੋ ਮੁੱਖ ਖਬਰਾਂ ਅਕਸਰ ਛਾਈਆਂ ਰਹੀਆਂ ਨੇ, ਜਿਸ ਦੇ ਵਿੱਚ ਪੰਜਾਬ ਦੀ ਜ਼ਿਮਨੀ ਚੋਣ ਹੈ ਅਤੇ ਇਸ ਤੋਂ ਜ਼ਿਆਦਾ ਪ੍ਰਮੁੱਖ ਜਿਹੜੀ ਕੈਨੇਡਾ ਦੀ ਲੋਕ ਸਭਾ ਚੋਣਾਂ ਸੀਗੀਆਂ। ਪੰਜਾਬੀਆਂ ਦੇ ਖਾਸ ਤੌਰ 'ਤੇ ਇਸ ਵਿੱਚ ਪੂਰਾ ਜਿਹੜਾ ਇੰਟਰਸਟ ਸੀ ਵੀ ਕੌਣ ਜੇਤੂ ਰਹੇਗਾ, ਅਤੇ ਕੱਲ੍ਹ ਜਿਹੜੇ ਰਿਜ਼ਲਟ ਆ ਗਏ ਨੇ ਜਿਸ ਵਿੱਚ ਕੈਨੇਡਾ ਦੇ ਵਿੱਚ 3.25 ਕਰੋੜ ਲੋਕਾਂ ਵੱਲੋਂ 62% ਜਿਹੜੀਆਂ ਵੋਟਾਂ ਪਾਈਆਂ ਗਈਆਂ, ਜਿਸ ਵਿੱਚੋਂ ਲਿਬਰਲ ਪਾਰਟੀ ਜਿਹੜੀ ਸਭ ਤੋਂ ਵੱਧ ਸੀਟਾਂ ਲੈ ਕੇ ਗਈ ਆ। ਪਰ ਜੇਕਰ ਗੱਲ ਕਰੀਏ ਤਾਂ ਉਹ 157 ਸੀਟਾਂ ਲੈ ਗਈ ਆ, ਪਰ ਜੇ ਬਹੁਮਤ ਦੀ ਗੱਲ ਕਰੀਏ ਤਾਂ 170 ਸੀਟਾਂ ਦੀ ਲੋੜ ਹੈ। ਹੁਣ ਲਿਬਰਲ ਦੇਖਣਾ ਹੋਵੇ ਕਿ ਜਿਹੜੀ ਲਿਬਰਲ ਪਾਰਟੀ ਹੈ ਉਹ ਕਿਸ ਦੂਜੀ ਪਾਰਟੀ ਤੋਂ ਸਮਰਥਨ ਲੈਂਦੀ ਹੈ। ਖਾਸ ਤੌਰ 'ਤੇ ਜਗਮੀਤ ਸਿੰਘ ਦੀ ਜੇਕਰ ਗੱਲ ਕਰੀਏ ਤਾਂ NDP ਇਹਦਾ ਹੀ ਜ਼ਿਕਰ ਆਉਂਦਾ ਕਿ NDP ਵੱਲੋਂ ਹੀ ਜਿਹੜਾ ਸਮਰਥਨ ਦਿੱਤਾ ਜਾਵੇਗਾ, ਅਤੇ ਬੀਤੇ ਦਿਨ ਜਗਮੀਤ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਮਾਹੌਲ ਬਣਦਾ ਹੈ ਤਾਂ ਉਹ ਜਿਹੜਾ ਲਿਬਰਲ ਨੂੰ ਸਪੋਰਟ ਕਰਨਗੇ। ਜੇਕਰ ਕੁੱਲ ਸੀਟਾਂ ਦੀ ਗੱਲ ਕਰੀਏ ਤਾਂ ਲਿਬਰਲ ਦੇ ਕੋਲ 157 ਸੀਟਾਂ, ਵਿਰੋਧੀ ਪਾਰਟੀ ਜਿਹੜੀ ਕੰਜ਼ਰਵੇਟਿਵ ਮੁੱਖ ਹੈ ਉਹਦੇ ਕੋਲ 121 ਸੀਟਾਂ, ਅਤੇ BQ ਪਾਰਟੀ 32 ਸੀਟਾਂ, ਅਤੇ ਗ੍ਰੀਨ ਪਾਰਟੀ ਜਿਹੜੀ 3 ਸੀਟਾਂ ਲੈ ਕੇ ਗਈ ਹੈ। NDP ਜਿਹੜੀ ਉਹਦੇ ਕੋਲ 24 ਸੀਟਾਂ ਨੇ, ਅਤੇ ਹੁਣ ਦੇਖਣਾ ਹੋਵੇ ਕਿਹੜੀ ਪਾਰਟੀ ਹੈ ਜਿਹੜੀ ਲਿਬਰਲ ਨੂੰ ਸਪੋਰਟ ਕਰਕੇ ਉਹਦੀ ਸਰਕਾਰ ਬਣਾਉਂਦੀ ਹੈ। ਅਤੇ ਇਸ ਦੇ ਨਾਲ ਹੀ ਖਾਸ ਨਜ਼ਰ ਪੰਜਾਬੀਆਂ ਦੀ ਵੀ ਇਹਨਾਂ ਵੋਟਾਂ ਉੱਤੇ ਸੀ, ਕਿਉਂਕਿ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਉਮੀਦਵਾਰ ਸੀ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਵੀ ਸੀ, ਤਕਰੀਬਨ 48 ਦੇ ਕਰੀਬ ਕਿਹਾ ਜਾ ਰਿਹਾ ਕਿ ਉਮੀਦਵਾਰਾਂ ਨੇ ਇਸ ਵਾਰ ਚੋਣਾਂ ਵਿੱਚ ਆਪਣੀ ਕਿਸਮਤ ਜਮਾਈ ਹੈ। ਅਤੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ 18 ਜਿਹੜੇ ਪੰਜਾਬੀ ਨੇ ਉਹ ਲੋਕ ਸਭਾ ਦੀ ਸੀਟ ਤੋਂ ਜੇਤੂ ਰਹੇ ਨੇ। ਅਤੇ ਆਓ ਇਸ ਰਿਪੋਰਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿਹੜੇ ਕਿਹੜੇ ਪੰਜਾਬੀ ਕਿਹੜੇ ਕਿਹੜੇ ਇਲਾਕਿਆਂ ਤੋਂ ਚੋਣ ਲੜ ਰਹੇ ਸੀ ਅਤੇ ਕਿਹੜੇ ਕਿਹੜੇ ਉਮੀਦਵਾਰ ਨੇ ਉਹ ਜੇਤੂ ਰਹੇ ਨੇ। ਕੈਨੇਡਾ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਨੇ ਫਿਰ ਤੋਂ ਬੱਲੇ ਬੱਲੇ ਕਰਵਾ ਦਿੱਤੀ ਹੈ। ਟਰੂਡੋ ਦੀ ਕੈਬਨਿਟ ਵਿੱਚ 4 ਪੰਜਾਬੀ ਮੂਲ ਦੇ ਮੰਤਰੀਆਂ ਵਿੱਚੋਂ 3 ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗਰ ਦੁਬਾਰਾ ਜੇਤੂ ਰਹੇ ਨੇ, ਜਦਕਿ ਅਮਰਜੀਤ ਸਿੰਘ ਸੋਹੀ ਹਾਰ ਗਏ ਨੇ। ਬਰਨਵੀ ਸਾਊ ਤੋਂ ਦੁਬਾਰਾ ਜਿੱਤੇ NDP ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਸੰਸਦ ਵਿੱਚ ਹਰੇਕ ਦਿਨ ਲੋਕਾਂ ਦੇ ਭਲੇ ਲਈ ਕੰਮ ਕਰਦੇ ਰਹਿਣਗੇ। You Democrats are going to be working hard to make sure your life is better, so that Canadians' life is better. I also want to congratulate the other leaders of the parties, Mr. Scheer, Ms. May, and Mr. Blanchet. Congratulate anyone who allowed their name to stand for any party. It's a tough thing to do, and I want to thank you all. I got to tell you, I'm really proud to have been able to lead a team that is the most diverse, that represented women, that represented LGBTQ. ਕੈਨੇਡਾ ਦੀ ਸੰਸਦ ਵਿੱਚ ਇਸ ਵਾਰ 1.5 ਦਰਜਨ ਪੰਜਾਬੀ ਮੂਲ ਦੇ ਮੈਂਬਰਾਂ ਦੀ ਹਾਜ਼ਰੀ ਬਣੀ ਰਹੇਗੀ, ਜਿਨ੍ਹਾਂ ਦੇ ਵਿੱਚ ਲਿਬਰਲ ਪਾਰਟੀ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਝੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਢਿੱਲੋਂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਕੰਦ, ਰਾਜ ਸੈਣੀ, ਮਨਿੰਦਰ ਸਿੱਧੂ ਅਤੇ ਅਨੀਤਾ ਆਨੰਦ ਸ਼ਾਮਲ ਨੇ। ਜਦਕਿ ਲਿਬਰਲ ਦੀ ਵਿਰੋਧੀ ਪਾਰਟੀ ਕੰਜ਼ਰਵੇਟਿਵ ਦੀ ਗੱਲ ਕਰੀਏ ਤਾਂ ਇਸ ਵਿੱਚੋਂ ਟਿਮ ਉੱਪਲ, ਜਸਰਾਜ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਜੇਤੂ ਰਹੇ ਨੇ। ਇਸ ਦੇ ਨਾਲ ਹੀ NDP ਦੇ ਆਗੂ ਜਗਮੀਤ ਸਿੰਘ ਨੇ ਵੀ ਜਿੱਤ ਦਰਜ ਕੀਤੀ ਹੈ। ਅਲਬਰਟਾ, ਸਸਕਾਚਮਾਨ, ਮੋਨੀਟੋਬਾ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਹੁਣ ਜਾਂ ਫਿਰ ਜਿੱਤ ਪ੍ਰਾਪਤ ਕੀਤੀ ਹੈ। ਮੋਨੀਟੋਬਾ, ਵਿਨੀਪੈਗ ਇਲਾਕੇ ਵਿੱਚ ਅਤੇ ਇਸ ਦੇ ਨੇੜਲੇ ਇਲਾਕਿਆਂ 'ਚੋਂ 4 ਸੀਟਾਂ ਲਿਬਰਲ, 3 ਸੀਟਾਂ NDP ਨੂੰ ਮਿਲੀਆਂ ਨੇ। ਇਸ ਤੋਂ ਇਲਾਵਾ ਮੋਨੀਟੋਬਾ ਦੀਆਂ 14 ਸੀਟਾਂ ਵਿੱਚ 7 ਸੀਟਾਂ ਕੰਜ਼ਰਵੇਟਿਵ ਦੀ ਝੋਲੀ ਪਈਆਂ ਨੇ। ਅਲਬਰਟਾ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਕੁੱਲ 34 ਵਿੱਚੋਂ NDP ਨੂੰ ਕੇਵਲ 1 ਹੀ ਸੀਟ ਮਿਲੀ ਹੈ ਅਤੇ 33 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਨੇ। ਐਡਮੰਟਨ ਮਿਲ ਵੁੱਡਸ ਹਲਕੇ ਤੋਂ ਮੌਜੂਦਾ ਮੰਤਰੀ ਅਮਰਜੀਤ ਸੋਹੀ ਦੀ ਹਾਰ ਹੋਈ ਹੈ ਅਤੇ ਕੰਜ਼ਰਵੇਟਿਵ ਸਰਕਾਰ ਵਿੱਚ ਮੰਤਰੀ ਰਹੇ
ਟਿਮ ਉੱਪਲ ਨੇ ਉਹਨਾਂ ਨੂੰ 8,800 ਵੋਟਾਂ ਤੋਂ ਵੱਧ ਫਰਕ ਨਾਲ ਹਰਾ ਦਿੱਤਾ। ਅਮਰਜੀਤ ਸੋਹੀ 2015 ਵਿੱਚ ਟਿਮ ਉੱਪਲ ਤੋਂ 92 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ। ਟੋਰਾਂਟੋ ਇਲਾਕੇ ਵਿੱਚ ਲਿਬਰਲ ਦੀ ਸਥਿਤੀ ਮਜ਼ਬੂਤ ਰਹੀ ਅਤੇ ਉੱਥੇ ਉਹਨਾਂ ਸਾਰੀਆਂ 25 ਸੀਟਾਂ ਉੱਤੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਟਾਵਾ ਅਤੇ ਮੌਂਟਰੀਅਲ ਇਲਾਕੇ ਵਿੱਚ ਲਿਬਰਲ ਦਾ ਆਧਾਰ ਮਜ਼ਬੂਤ ਰਿਹਾ। ਓਨਟਾਰੀਓ ਵਿੱਚ 121 ਸੀਟਾਂ ਵਿੱਚੋਂ ਲਿਬਰਲ ਨੂੰ 78, ਕੰਜ਼ਰਵੇਟਿਵ ਨੂੰ 37 ਅਤੇ NDP ਨੂੰ 6 ਸੀਟਾਂ ਹਾਸਲ ਹੋਈਆਂ ਨੇ। ਕਿਊਬਿਕ ਵਿੱਚ 78 ਸੀਟਾਂ ਵਿੱਚੋਂ ਲਿਬਰਲ ਨੂੰ 35, ਬਲਾਕ ਕਿਊਬਿਕ ਨੂੰ 32 ਸੀਟਾਂ ਮਿਲੀਆਂ ਨੇ, ਜਦਕਿ NDP ਨੂੰ 1 ਸੀਟ ਅਤੇ ਕੰਜ਼ਰਵੇਟਿਵ ਦਾ ਖਾਤਾ ਹੀ ਨਹੀਂ ਖੁੱਲ੍ਹ ਸਕਿਆ। ਬ੍ਰੈਂਪਟਨ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਦੀਆਂ ਸਾਰੀਆਂ 5 ਸੀਟਾਂ ਉੱਤੇ ਲਿਬਰਲ ਪਾਰਟੀ ਦੁਬਾਰਾ ਜੇਤੂ ਰਹੀ ਹੈ, ਜਿੱਥੋਂ ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ, ਮਨਿੰਦਰ ਸਿੱਧੂ ਅਤੇ ਰੂਬੀ ਸਹੋਤਾ ਜੇਤੂ ਰਹੇ ਨੇ। ਬ੍ਰੈਂਪਟਨ ਉੱਤਰੀ ਹਲਕੇ ਤੋਂ ਲਿਬਰਲ ਰੂਬੀ ਸਹੋਤਾ ਨੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਅਰਪਣ ਖੰਨਾ ਨੂੰ 11,800 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। NDP ਨੂੰ 2015 ਦੇ ਮੁਕਾਬਲੇ 44 ਵਿੱਚੋਂ ਇਸ ਵਾਰ ਕੇਵਲ 24 ਸੀਟਾਂ ਹੀ ਮਿਲੀਆਂ ਨੇ, ਪਰ 2019 ਦੀਆਂ ਚੋਣਾਂ ਵਿੱਚ ਪਾਰਟੀ ਦੀ ਇਹ ਵੱਡੀ ਜਿੱਤ ਸਮਝੀ ਜਾ ਰਹੀ ਹੈ, ਕਿਉਂਕਿ ਉਹ 24 ਸੀਟਾਂ ਨਾਲ ਵੀ ਸਰਕਾਰ ਦੇ ਗਠਨ ਵਿੱਚ ਸ਼ਾਮਲ ਹੋ ਸਕਣਗੇ ਅਤੇ ਰਾਸ਼ਟਰੀ ਪੱਧਰ ਉੱਤੇ ਪਾਰਟੀ ਦਾ ਮਹੱਤਵ ਵੀ ਵਧੇਗਾ। ਅਤੇ ਹੁਣ ਦੇਖਣਾ ਹੋਵੇਗਾ ਕਿ ਲਿਬਰਲ ਪਾਰਟੀ ਕਿਸ ਪਾਰਟੀ ਤੋਂ ਸਮਰਥਨ ਲੈਂਦੀ ਹੈ। ਜੇਕਰ ਇਹ ਪਾਰਟੀ ਜਗਮੀਤ ਸਿੰਘ ਦੀ NDP ਹੈ ਤਾਂ ਜਗਮੀਤ ਸਿੰਘ ਦਾ ਕੀ ਅਹੁਦਾ ਹੋਵੇਗਾ, ਅਤੇ ਇਸ ਵਾਰ ਕਿਹਨਾਂ ਕਿਹਨਾਂ ਪੰਜਾਬੀਆਂ ਨੂੰ ਵਜ਼ੀਰੀਆਂ ਮਿਲਦੀਆਂ ਨੇ, ਅਤੇ ਨਾਲ ਹੀ ਹਰਜੀਤ ਸਿੰਘ ਸੱਜਣ ਜੋ ਪਿਛਲੀ ਸਰਕਾਰ ਵੇਲੇ ਰੱਖਿਆ ਮੰਤਰੀ ਰਹਿ ਚੁੱਕੇ ਸਨ, ਉਹਨਾਂ ਦਾ ਇਸ ਵਾਰ ਕੀ ਅਹੁਦਾ ਹੋਵੇਗਾ।